ਲੱਖ ਰੁਪਇਆ ਕਿੱਲੇ ਤੇ ਖਰਚ ਆਉਂਦਾਗਾ ਤੇ 20 25 25 ਹਜ਼ਾਰ ਦੀ ਹੋਈ 80 80 ਹਜ਼ਾਰ ਰੁਪਇਆ ਕਿੱਲੇ ਮਗਰ ਘਾਟੇ ਦੇ ਵਿੱਚ ਆ ਮੇਰੇ ਕੋਲ ਪੰਜ ਕਿੱਲੇ ਸੀਗੇ ਮੇਰਾ 6 7 ਲੱਖ ਰੁਪਇਆ ਜਿਹੜਾ ਲੱਗਤਾ ਕੀ ਤੇ ਮੈਂ ਹਾਲੇ 1.5 ਲੱਖ ਰੁਪਇਆ ਦੀ ਮਿਰਚ ਵੇਚੀ ਹੈਗੀ ਸਰਕਾਰ ਕਹਿੰਦੀ ਵੀ ਸਬਜ਼ੀਆਂ ਲਾਓ ਬਦਲਾ ਲਿਓ ਇਹ ਬਦਲਾ ਲਿਆ ਕੀ ਦੇਖ ਲਿਆ ਸਬਜ਼ੀਆਂ ਵੀ ਲਾ ਕੇ ਦੇਖ ਲੀਆਂ ਸਾਨੂੰ ਲੋਕਡਾਊਨ ਤੋਂ ਲੈ ਕੇ ਹੁਣ ਤੱਕ 3 4 ਸਾਲ ਹੋ ਗਏ ਘਾਟੇ ਜੀ ਚੱਲੀ ਜਾਂਦੀਆਂ ਕਿੰਨੇ ਸਾਲ ਪਿੱਛੇ ਕਰਨਾ 4 5 ਸਾਲ ਨਹੀਂ ਸਾਡਾ ਜੀਵਨ ਦਾ ਰੋਟਾ ਜੀ ਮੀਨਾ-ਮੀਨਾ ਹੋ ਗਿਆ ਸਾਰੇ ਜਿੰਨੇ ਪਿੰਡ ਦੇ ਵਿੱਚ ਸਾਰਿਆਂ ਨੂੰ ਤੋੜੀ ਨੂੰ ਤੜਾਈ ਨਹੀਂ ਹੋਈਗੀ ਅੱਗੇ ਕੋਈ ਚੱਕਦਾ ਨਹੀਂਗਾ 15 ਰੁਪਏ ਲਫਾਫਾਗਾ 15 ਰੁਪਏ ਲਫਾਫੇ ਦੇ ਵਿੱਚ ਲੀਵਰ ਪੈਂਦੀ ਹੈਗੀ ਖਰਚਾ ਪੱਲਿਓਂ ਪੈਂਦਾਗਾ ਸਰਕਾਰਾਂ ਲੰਮੇ ਸਮੇਂ ਤੋਂ ਆਪ ਹੀ ਕਹਿੰਨੀ ਆ ਰੀਆਂ ਨੇ ਕਿ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਨਾਂ ਨੂੰ ਛੱਡੋ ਸਬਜ਼ੀਆਂ ਦੀ ਕਾਸਤ ਵੱਲ ਆਓ ਸਾਡਾ ਪਿੰਡ ਲਗਭਗ 20 ਸਾਲ ਪਹਿਲਾਂ ਹੀ ਉਹਨਾਂ ਦੀ ਗੱਲ ਮੰਨ ਚੁੱਕਿਆ ਸੀ ਜਾਂ ਆਪਦੇ ਆਪ ਹੀ ਇੱਧਰ ਆ ਗਿਆ ਸੀ ਸਰਕਾਰਾਂ ਜੇ ਵੀ ਨਹੀਂ ਧਿਆਨ ਦਿੰਦੀਆਂ ਜਿਵੇਂ ਆਈਸੀ ਭਵਨਤਵਾਨ ਦੀ ਸਰਕਾਰ ਕਹਿੰਦੀ ਨਵਾਂ ਅਸੀਂ ਬਦਲ ਲੈ ਕੇ ਆਵਾਂਗੇ ਬਦਲਾ ਲਿਆਵਾਂਗੇ ਸਾਡਾ ਬਦਲਾ ਜਰੂਰ ਲੈ ਲਿਆ ਕਿਸਾਨਾਂ ਕਹਿੰਨੀ ਝਾਕ ਹੀ ਨਹੀਂ ਰਹੇ ਸਤਿ ਸ਼੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਹਾਂ ਜਸਕਰੇ ਬਲ ਪਿਛਲੇ ਦਿਨਾਂ ਤੋਂ ਕੁਝ ਤਸਵੀਰਾਂ ਜਿਹੜੀਆਂ ਨੇ ਉਹ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਆਪਣੀ ਪੱਕੀ ਹੋਈ ਫਸਲ ਵਾਉਂਦੇ ਜਿਹੜੇ ਆ ਉਹ ਨਜ਼ਰ ਆਏ ਨੇ ਪਿੰਡ ਪੈਣੀ ਬਾਗਾ ਦੀਆਂ ਤਸਵੀਰਾਂ ਨੇ ਪਿੰਡ ਪੈਣੀ ਬਾਗਾ ਦੇ ਵਿੱਚ ਖੜੇ ਆ ਦੱਸ ਦੇਵਾਂ ਕਿ ਬਹੁਤ ਮਾਤਰਾ ਦੇ ਵਿੱਚ ਸ਼ਿਮਲਾ ਮਿਰਚ ਦੀ ਪੈਦਾਵਾਰ ਕਰਨ ਵਾਲਾ ਪਿੰਡ ਆ ਇਹ ਪੈਣੀ ਪਾਗਾ ਪਰ ਇਸ ਵਾਰ ਮਾਰ ਜਿਹੜੀ ਆ ਕਿਸਾਨ ਵੀਰ ਕਹਿੰਦੇ ਨੇ ਕਿ ਇੰਨੀ ਪਈਆ ਖਰਚੇ ਪੂਰੇ ਹੋਣਾ ਤਾਂ ਦੂਰ ਦੀ ਗੱਲ ਆ ਘਾਟੇ ਬਹੁਤ ਪੈ ਗਏ ਨੇ ਸ਼ਿਮਲਾ ਮਿਰਚ ਦੇ ਵਿੱਚ ਉਸ ਇਸ ਪਿੰਡ ਦੇ ਵਿੱਚ ਖੜੀਆਂ ਗੱਲਬਾਤ ਕਰਾਂਗੇ ਕਿਸਾਨ ਵੀਰ ਸ਼ਿਮਲਾ ਮਿਰਚ ਵਾਲੇ ਜਿਹੜੇ ਨੇ ਉਹ ਸਾਡੇ ਨਾਲ ਨੇ ਬਾਈ ਹੋਰਾਂ ਦੇ ਨਾਲ ਗੱਲਬਾਤ ਕਰੇ ਬਾਈ ਕੀ ਨਾਮ ਆ ਮੰਗਾ ਸਿੰਘ ਜੀ ਕਿੰਨੀ ਥੋੜੀ ਸੀਗੀ ਮਿਰਚ ਮਿਰਚ ਦੇ 5 ਕਿੱਲੇ ਸੀ ਤੇ ਕੀ ਕੁਝ ਬਚਿਆ ਬਚਿਆ ਤਾਂ ਕੁਝ ਨਹੀਂ ਗਈ 25-3000 ਰੁਪਏ ਦੀ ਕਿੱਲੇ ਦੀ ਹੋਊਗੀ 25000 ਕਿੱਲੇ ਦੀ ਹੋਊਗੀ ਹਾਂ ਖਰਚਾ ਕਿੰਨਾ ਕਿੰਨਾ ਹੋਊਗਾ ਖਰਚਾ ਲੱਖ ਰੁਪਿਆ ਘਟੋ ਘਟ ਕਿੱਲੇ ਤੇ 1 ਲੱਖ ਰੁਪਿਆ ਕਿੱਲੇ ਤੇ ਹੋ ਗਿਆ ਹਾਂਜੀ ਤੇ ਇਹਦੀ ਹੁਣ ਪੂਰਤੀ ਫਿਰ ਪੂਰਤੀ ਤਾਂ ਹੁਣ ਅਗਲੀ ਫਸਲ ਚ ਦੇਖਾਂਗੇ ਜਿਹੜਾ ਡੜ ਘਾਟਾ ਪੈ ਗਿਆ ਪੈ ਗਿਆ ਕਹ ਰਹੇ ਪਏ ਗਏ ਹੈ ਤੇ ਪਹਿਲਾਂ ਵੀ ਇਹ ਇੰਨੀ ਕੀ ਹੁੰਦੀ ਆਈ ਆ ਨਹੀਂ ਪਹਿਲਾਂ ਜੇ ਨਹੀਂ ਕਿਸੇ 2 ਲੱਖ ਰੁਪਏ ਦੀ ਕਿੱਲੇ ਦੀ ਹੋ ਜਾਂਦੀ 1 ਲੱਖ ਰੁਪਏ ਇਹ ਚੋ ਖਰਚਾ ਹੋ ਗਿਆ ਤੇ ਬਸ 1 ਲੱਖ ਰੁਪਏ ਵੱਜਦਾ ਲੱਖ ਨੂੰ ਜੇ ਆਪਾਂ ਲਾਈਏ 60000 ਦੀ ਆਪਣੀ ਤੂੜੀ ਤੇ ਕਣਕ ਵੀ ਹੋ ਜਾਂਦੀ ਹੈ 40000 ਰੁਪਏ ਮੰਨ ਲਉਂਦੇ ਹੂੰ ਹੂੰ ਬਸ ਇੰਨਾ ਕੀ ਹੁੰਦਾ मतलब वो ही है, नहीं, नहीं, नहीं है।, है? है? कि ਤੁਸੀਂ ਬਦਲ ਲੈ ਕੇ ਚਲੇ ਸੀ ਵੀ ਚਲ ਬਦਲ ਵੀ ਫਸਲ ਲਾ ਕੇ ਦੇਹੀ ਪਰ ਬਦਲ ਵੀ ਫਸਲ ਨੇ ਕੋਈ ਛੱਡੇ ਪੱਲੇ ਨਹੀਂ ਨਹੀਂ ਕੁਛ ਨਹੀਂ ਛੱਡਿਆ ਜੀ ਕੋਈ ਨਹੀਂ ਛੱਡਿਆ ਹਾਂਜੀ ਤੇ ਐ ਕਿਦਾ ਬੌਂਡ ਨੂੰ ਹੀ ਮਜਬੂਰ ਹੋਗੇ ਕਾਰਨ ਕੀ ਐਤ ਕਿਦਾ ਹੁਣ ਮਹੀਨਾ ਮਹੀਨਾ ਹੋ ਗਿਆ ਸਾਰੇ ਜਿੰਨੇ ਪਿੰਡ ਦੇ ਵਿੱਚ ਸਾਰਿਆਂ ਨੂੰ ਹੀ ਤੋੜੀ ਨੂੰ ਤੜਾਈ ਨਹੀਂ ਹੋਈਗੀ ਤੜਾਈ ਨਹੀਂ ਹੋਈ ਅੱਗੇ ਕੋਈ ਚੱਕਦਾ ਨਹੀਂਗਾ 15 ਰੁਪਏ ਲਫਾਫਾਗਾ 15 ਰੁਪਏ ਲਫਾਫੇ ਦੇ ਵਿੱਚ ਲੀਵਰ ਪੈਂਦੀ ਹੈਗੀ ਖਰਚਾ ਪੱਲਿਓਂ ਪੈਂਦਾਗਾ ਹਾਂ ਸ਼ਾਮ ਤੱਕ ਜਿੰਨੀ ਤੋੜ ਦੇ ਜੇ ਮੰਨ ਕੇ ਚਲੋ 6000 ਦੀ ਤੋੜਤੀ ਤਾਂ 6500 ਰੁਪਏ ਖਰਚਾ ਹੋ ਜਾਊਗਾ ਫਿਰ 5-70 ਫਿਰ ਲੱਗਿਆ ਕਿ ਵਿੱਚ ਹੀ ਵਧ ਗਈ ਵਾਹ ਵਿੱਚ ਹੀ ਵਹਾਂ ਗਈ ਮਤਲਬ ਹਰੇਕ ਨੂੰ ਫਿਰ ਘਾਟੇ ਦੇ ਵਿੱਚ ਫਿਰ ਇਹ ਕੀ ਘਾਟੇ ਜਾਈ ਜੇ ਕਿਸੇ ਦੇ ਮੜੀ ਜੀ ਕੀਤੀ ਚੱਲ ਪਈ ਉਹਦੀ 50000 ਦੀ ਕਿੱਲੇ ਦੀ ਹੋ ਜੂਗੀ 60 ਦੀ ਹੋ ਜੂ ਵੱਧ ਤੋਂ ਵੱਧ ਤੇ ਨਹੀਂ ਬਾਕੀ ਤਾਂ ਸਾਰੇ 20 30000 ਰੁਪਏ ਕਿੱਲੇ ਵਾਲੀ ਹੈ ਤੇ ਇਹਦੀ ਪੂਰਤੀ ਫਿਰ ਅਗਲੀ ਅਗਲੀ ਫਸਲ ਚ ਹੋ ਫਿਰ ਅਗਲੀ ਜੀ ਹੋ ਜੀ ਹੁਣ ਤੱਕ ਕੀ ਹੋਊਗਾ ਹੁਣ ਤਾਂ ਖਤਮ ਹੈ ਖਤਮ ਹਾਂਜੀ ਤੇ ਸਰਕਾਰ ਵੱਲੋਂ ਵੀ ਇਸ ਚੀਜ਼ ਦੀ ਕੋਈ ਕੋਈ ਹੈ ਤਾਂ ਨਹੀਂ ਕਿ ਸਬਸਿਡੀ ਤੌਰ ਜਾਂ ਕੁਝ ਸਰਕਾਰ ਵੱਲੋਂ ਕੁਝ ਨਹੀਂ ਹੋਇਆ ਸਰਕਾਰ ਕਹਿੰਦੀ ਵੀ ਸਬਜ਼ੀਆਂ ਲਾਓ ਬਦਲਾ ਲਿਓ ਇਹ ਬਦਲਾ ਲਿਆ ਕੇ ਦੇਖ ਲਿਆ ਸਬਜ਼ੀਆਂ ਵੀ ਲਾ ਕੇ ਦੇਖ ਲੀਆਂ ਸਾਨੂੰ ਲੋਕਡਾਊਨ ਤੋਂ ਲੈ ਕੇ ਹੁਣ ਤੱਕ 3-4 ਸਾਲ ਹੋ ਗਏ ਘਾਟੇ ਜੀ ਚੱਲੀ ਜਾਂਦੇ ਆ ਘਾਟੇ ਚ ਹਾਂਜੀ ਕਿੰਨਾ ਕਿੰਨੇ ਸਾਲ ਪਿੱਛੇ ਕਰਤਾ 4-5 ਸਾਲ ਨਹੀਂ ਸਾਡਾ ਜੀਮੇਦਾਰ ਉੱਠਦਾ ਜੀ ਆ ਥੋਡੇ ਹਾਂਜੀ ਸਾਡੇ ਭੈਣੀ ਵਗੇ ਮਿਰਚ ਵਾਲਾ ਥੋਡੇ ਮਤਲਬ ਭੈਣੀ ਵਗੇ ਜੇ ਹੁੰਦੀ ਮਿਰਚ ਸਭ ਤੋਂ ਵੱਧ ਛੋੜੀ ਆ ਸਾਡੇ ਘਟੋ ਘੱਟੀ 1000 ਕਿੱਲਾ ਲੱਗਿਆ ਹੋਊਗਾ ਜੀ 1000 ਕਿੱਲਾ ਲੱਗਿਆ ਹਾਂਜੀ 1000 ਕਿੱਲਾ 1000 ਕਿੱਲਾ ਘਾਟੇ ਚ ਸਾਰਾ ਘਾਟੇ ਚ ਸਾਡੇ ਕੋਲੇ 5 ਏਕੜ ਮਿਰਚਾ ਵੈਸੇ ਗਰੀਬੀ ਨਾਲ ਜੂਝ ਰਿਹਾ ਕਿਉਂਕਿ ਕਿਸਾਨ ਦੇ ਵਾਸਤੇ ਕੋਈ ਨਾ ਤਾਂ ਹਾਲੇ ਤੱਕ ਕਾਨੂੰਨ ਬਣੇ ਆ ਨਾ ਕੋਈ ਐਮਐਸਪੀ ਦੇ ਨਾ ਕੋਈ ਬਦਲੀਆਂ ਫਸਲਾਂ ਦੀ ਰੇਟ ਇੱਕ ਸਰਕਾਰ ਕਹਿੰਦੀ ਕਿ ਬਦਲ ਲਿਆਓ ਸਰਕਾਰਾਂ ਤੋਂ ਇਹ ਸੁਣ ਕੇ ਸਾਨੂੰ ਜਿਹੜੀ ਪਹਿਲਾਂ ਅਸੀਂ ਹਰੀ ਕ੍ਰਾਂਤੀ ਲਿਆਂਦੀ ਜਦੋਂ ਦੇਸ਼ ਠੂਠਾ ਚੱਕ ਕੇ ਬਾਹਰਲੇ ਦੇਸ਼ਾਂ ਦੇ ਵਿੱਚ ਨਾਜ ਲੈਣ ਜਾਂਦਾ ਸੀਗਾ ਕਿਸਾਨਾਂ ਨੇ ਹਰੀ ਕ੍ਰਾਂਤੀ ਲਿਆਂਦੀ ਸਾਨੂੰ ਰੇਹਾਂ ਸਪਰੇਹਾਂ ਦਿੱਤੀਆਂ ਹੁਣ ਉਹੀ ਰੇਹਾਂ ਸਪਰੇਹਾਂ ਦਾ ਕਿਸਾਨ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਕਿ ਹਾਲ ਜਾਂਦਾ ਕਿ ਕਿਸਾਨ ਰੇ ਸਪਰੇਅ ਵੱਧ ਪਾਉਂਦੇ ਆ ਜੇ ਇਹਦੇ ਅਸਲ ਵਜ੍ਹਾ ਦੇਖੀਏ ਇਹ ਰੇ ਸਪਰੇਅ ਸਾਡੇ ਕਿਸਾਨ ਨੇ ਤਾਂ ਘਰੇ ਪੈਦਾ ਨਹੀਂ ਕੀਤੀ ਇਹਨੂੰ ਪੈਦਾ ਕਰਨ ਕੌਣ ਆਲੇ ਪੈਦਾ ਕਰਨ ਵਾਲੇ ਆਗੇ ਇਥੋਂ ਦੀ ਸਿਸਟਮ ਇਥੋਂ ਦੀ ਸਰਕਾਰਾਂ ਪਰ ਹਲੇ ਤੱਕ ਸਾਨੂੰ ਕੋਈ ਜਿਹੜਾ ਬਦਲਵਾ ਸਾਧਨ ਨਹੀਂ ਮਿਲਿਆ ਅਸੀਂ ਸਬਜ਼ੀਆਂ ਦੀ ਕਸ਼ਤ ਕਰੀ ਬਾਗ ਲਾਏ ਅਨੇਕਾਂ ਪ੍ਰਕਾਰ ਦਾ ਸੀ ਜਿਹੜੇ ਧੰਦੇ ਕਰ ਕਰ ਦੇਖ ਲੇ ਦੁੱਧ ਦੇ ਢੇਰ ਲਾਤੇ ਦੁੱਧ ਦੇ ਵਿੱਚੋਂ ਨੁਕਸਾਨ ਸਬਜ਼ੀਆਂ ਦੇ ਵਿੱਚੋਂ ਨੁਕਸਾਨ ਫਰੂਟ ਲਾ ਲੇ ਫਲ ਲਾ ਲੇ ਕਿਸੇ ਚੀਜ਼ ਦਾ ਕੋਈ ਸਰਕਾਰ ਨੇ ਹਲੇ ਤੱਕ ਕਿਸਾਨਾਂ ਬਣੀ ਧਿਆਨ ਨਹੀਂ ਦਿੱਤਾ ਪਿੱਛੇ ਜੇ ਹੁਣ ਸੀਜ਼ਨ ਆ ਕੇ ਗਿਆ ਹਾੜੀ ਦਾ ਜਦੋਂ ਇੱਥੇ ਡੀਸੀ ਮੈਡਮ ਆਈ ਸੀ ਸਾਡੀ ਅਨਾਜ ਮੰਡੀ ਦੇ ਵਿੱਚ ਉੱਥੇ ਮੈਡਮ ਨੂੰ ਮਿਲੇ ਕਿ ਮੈਡਮ ਤੁਸੀਂ ਦੇਖੋ ਥੋੜਾ ਧਿਆਨ ਦਿਓ ਕਿਸਾਨਾਂ ਵੀ ਨਹੀਂ ਕਿਸਾਨਾਂ ਦਾ ਬਹੁਤ ਬੁਰਾ ਹਾਲ ਆ ਪਰ ਮੈਡਮ ਕਹਿੰਦੀ ਕੋਈ ਗੱਲ ਨਹੀਂ ਮੈਂ ਫੌਰੀ ਤੌਰ ਤੇ ਦੇਖਦੀ ਆ ਮੈਂ ਇੱਥੇ ਮਾਨਸਾਂ ਦੇ ਵਿੱਚ ਕੋਈ ਐਹੀ ਜੀ ਡੀਲ ਕਰੇ ਕਿ ਵਪਾਰੀ ਕਿਸੇ ਲੋਟ ਛੋਟਾ ਸਿੱਧਾ ਮਾਲ ਚੱਕਣ ਪਰ ਹਲੇ ਤੱਕ ਮੈਡਮ ਜਾਂ ਤਾਂ ਜਾ ਕੇ ਸਾਵਗੇ ਨੇ ਜਾਂ ਮੈਡਮ ਭੁੱਲਣ ਦੀ ਕੋਈ ਮਜਬੂਰ ਹੈ ਭੁੱਲ ਭੱਲ ਗਏ ਨੇ ਹਿੰਦੁਸਤਾਨ ਪੱਧਰ ਤੇ ਤੇ ਪੰਜਾਬ ਪੱਧਰ ਤੇ ਖਾਸ ਕਰਕੇ ਸਾਡੇ ਏਰੀਆ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਆ ਕਿਸਾਨਾਂ ਦਾ ਕਦੇ ਕੁਦਰਤੀ ਮਾਰ ਕਦੇ ਸਰਕਾਰਾਂ ਬਣਿਓ ਚੜ ਚੜ ਆਉਂਦੀਆਂ ਸਰਕਾਰਾਂ ਜੇ ਕੋਈ ਛੋਟਾ ਵਪਾਰੀ ਵਪਾਰ ਕਰਦਾ ਤਾਂ ਸਰਕਾਰਾਂ ਨੇ ਇੰਨੇ ਜਿਆਦੇ GST ਵਗੈਰਾ ਟੈਕਸ ਲਾ ਕੇ ਹੀਟਲੇ ਪੱਦਰ ਤੇ ਸਿਸਟਮ ਖਤਮ ਕਰਤਾ ਸਰਕਾਰਾਂ ਚਾਹੁੰਦੀਆਂ ਨੇ ਕਿ ਵੱਡੇ ਪੂੰਜੀਪਤੀਆਂ ਦੇ ਹੱਥ ਵਿੱਚ ਸਾਰਾ ਸਿਸਟਮ ਹੋਵੇ ਉਹ ਆਪਣੇ ਢੰਗ ਨਾਲ ਚਲਾਉਣ ਜੇ ਹੀ ਪੂੰਜੀਪਤੀ ਦੇ ਹੱਥ ਵਿੱਚ ਹੁਣ ਸਿਸਟਮ ਹੁੰਦਾ ਸਬਜ਼ੀ ਦਾ ਤਾਂ ਇਹ ਸਾਨੂੰ ਗਰੇਟਾਂ ਦੇ ਵਿੱਚ ਜਾਂ 100-100 ਗ੍ਰਾਮ ਦੇ ਪੈਕਟਾਂ 'ਚ ਮਿਲਦੀ ਸੀਗੀ 100 ਗ੍ਰਾਮ ਦਾ ਪੈਕਟ ਸਾਨੂੰ 100-150 ਦਾ ਮਿਲਣਾ ਸੀ ਉਹੀ ਸਾਨੂੰ ਸੋਡੀ-ਸੋਡੀ ਕੀ ਰੇਟ ਨੂੰ ਬਿਕ ਕੀ ਰੇਟ ਕਿਲੋ ਪੈਂਦੀ ਹੈ ਜੇ ਸੋਡੇ ਇੱਥੋਂ ਜਾਂਦੀ ਹੈ ਜਿਹੜੀ ਸਾਡੀ ਦਾ ਬਾਈ ਜੀ ਰੁਪਿਆ ਕਿਲੋ ਪੈਂਦੀ ਆ ਉਹਦੇ ਵਿੱਚ ਸਾਨੂੰ 3-4000 ਰੁਪਿਆ ਲੇਬਰ ਦਾ ਪੈਂਦਾ ਹੈਗਾ 2500 ਦੀ ਮਿਰਚ ਰਹਿ ਜਾਂਦੀ ਹੈ ਜੇ ਇਹ ਹੀ ਲੇਬਰ ਵਾਧਾ ਲੈਣੇ 6-7000 ਦੀ ਮਿਰਚ ਜਾਂਦੀ ਆ ਤਾਂ 8000 ਲੇਬਰ ਦਾ ਪੈਂਦਾ ਹੈਗਾ ਇਸ ਟਾਈਮ ਤੇ ਬਹੁਤ ਜ਼ਿਆਦਾ ਨੁਕਸਾਨ ਆ ਐਦ ਕੀ ਕਾਰਨ ਕੀ ਰਿਹਾ ਇਨਾ ਰੇਟ ਘਟਣ ਦਾ ਕਾਰਨ ਕੀ ਐਦ ਕੀ ਥੋੜਾ ਕੁਸਤਾ ਬੱਦ ਲੱਗ ਗਈ ਕੁਸਦ ਕੀ ਠੰਡ ਲੰਮੀ ਚੱਲ ਗਈ ਹੁਣ ਤੱਕ ਆਪਾਂ ਨੇ ਦੇਖਿਆ ਉਹ ਨਾ ਤਾਂ ਕੋਈ ਏ ਏ ਸੀ ਚੱਲੇ ਨੇ ਨਾ ਕੋਈ ਠੰਡਾ ਪਾਣੀ ਕੋਈ ਕੂਲਰ ਵਗੈਰਾ ਜਾਂ ਹੋਰ ਚੱਲੇ ਆ ਗਰਮੀ ਘੱਟ ਪੈਣ ਕਾਰਨ ਮਿਰਚ ਦੀ ਲਾਗਤ ਜ਼ਿਆਦਾ ਹੋਊਗੀ ਤੇ ਮੂਰੇ ਪ੍ਰਬੰਧ ਦੇ ਸਰਕਾਰਾਂ ਤੋਂ ਕੋਈ ਹੋਏ ਨਹੀਂ ਹੈਗੇ ਤੇ ਪ੍ਰਾਈਵੇਟ ਕੋਈ ਇਹਨੂੰ ਚੱਕ ਨਹੀਂ ਰਿਹਾ ਹੈਗਾ ਬਹੁਤ ਜ਼ਿਆਦਾ ਲੁੱਟ ਹੋ ਰਹੀ ਹੈ ਇਸ ਕਾਰਨ ਕਿੰਨੇ ਘਾਟੇ ਦੇ ਵਿੱਚ ਆ ਕਿਸਾਨ ਬਾਈ ਕਿਸਾਨ ਬਾਈ ਜੀ ਲੱਖ ਰੁਪਿਆ ਕਿੱਲੇ ਤੇ ਖਰਚ ਆਉਂਦਾਗਾ ਤੇ 20 25 25000 ਦੀ ਹੋਈ 80 80000 ਰੁਪਿਆ ਕਿੱਲੇ ਮਗਰ ਘਾਟੇ ਦੇ ਵਿੱਚ ਆ ਮੇਰੇ ਕੋਲ 5 ਕਿੱਲੇ ਸੀਗੇ ਮੇਰਾ 6-7 ਲੱਖ ਰੁਪਇਆ ਜਿਹੜਾ ਲਗਤ ਆਗੀ ਤੇ ਮੈਂ ਹਾਲੇ 1.5 ਲੱਖ ਰੁਪਇਆ ਦੀ ਮਿਰਚ ਵੇਚੀ ਹੈਗੀ ਹੁਣ ਦਾ ਕਿਸਾਨ ਦਬਿਆ ਹੋਇਆ 5-6 ਸਾਲ ਨਹੀਂ ਉੱਠਦਾ ਜਰੂਰ 5-6 ਸਾਲ ਨਹੀਂ ਉੱਠਦਾ ਹੁਣ ਸਰਕਾਰਾਂ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਜੇ ਬਦਲਮੀਆਂ ਖੇਤੀਆਂ ਕਰਾਉਣੀਆਂ ਨੇ ਨਹੀਂ ਇਹ ਤੋਂ ਪਹਿਲਾਂ ਜਦ ਮੈਂ ਦੇਸ਼ ਭੁੱਖਾ ਮਰਦਾ ਸੀ ਜੇ ਕਿਸਾਨ ਖੇਤੀ ਛੱਡ ਗਏ ਨਾ ਉਸੇ ਲੋਟ ਮਰੂ ਨਾਲ ਦੇ ਗਵਾਂਢੀ ਦੇਸ ਆ ਪਾਕਿਸਤਾਨ ਦੇ ਵਿੱਚ ਭੁੱਖਮਰੀ ਫੈਲ ਗਈ ਪਾਕਿਸਤਾਨ ਦੇ ਵਿੱਚ ਕੁੱਲ ਚੀਜ਼ 100 200 ਰੁਪਏ ਕਿਲੋ ਆ ਪਰ ਸਾਡੇ ਰੁਪਿਆ ਕਿਲੋ ਆ ਕਿਉਂ ਨਹੀਂ ਬਾਡਰ ਖੋਲਦਿਆਂ ਸਰਕਾਰਾਂ ਨੂੰ ਕਿਉਂ ਨਹੀਂ ਪਤਾ ਲੱਗਦਾ ਜੇ ਇੱਥੇ ਬਾਡਰ ਖੋਲ ਦਿੱਤੇ ਜਾਣ ਕਿਸਾਨ ਵੀ ਖਸਾਲ ਸਰਕਾਰ ਨੂੰ ਵੀ ਟੈਕਸ ਦੇ ਰੂਪ ਦੇ ਵਿੱਚ ਕੋਈ ਪੈਸਾ ਆਵੇ ਇੱਥੋਂ ਦਾ ਵਪਾਰੀ ਵੀ ਖਸਾਲ ਹੋਵੇ ਜਿਵੇਂ ਜਿਵੇਂ ਸਰਕਾਰ ਕਹਿੰਦੀ ਬਦਲ ਦੇ ਰੂਪ ਦੇ ਵਿੱਚ ਤੁਸੀਂ ਬਦਲ ਦੇ ਰੂਪ ਦੇ ਵਿੱਚ ਹੀ ਫਸਲ ਬੀਚ ਕੇ ਦੇਖੀ ਸੀ ਬਿਲਕੁਲ ਜੀ ਬਦਲ ਦੇ ਰੂਪ ਦੇ ਵਿੱਚ ਬੀਜੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਜਿਵੇਂ ਹੁਣ ਸਰਕਾਰ ਕਹਿ ਰਹੀ ਹੈ ਕਿ ਪਾਣੀ ਥੱਲੇ ਜਾ ਰਿਹਾ ਹੈਗਾ ਜੀਰੀਆਂ ਸੜ ਕੇ ਅਸੀਂ ਹੋਰ ਕੋਈ ਆਪਣਾਈਏ ਖੇਤੀ ਪਰ ਸਰਕਾਰ ਤੇ ਸਾਨੂੰ ਯਕੀਨ ਨਹੀਂ ਰਿਹਾ ਸਰਕਾਰ ਬਾਰ-ਬਾਰ ਇੱਕ ਕਾਗਜੀ ਅਖਬਾਰੀ ਗੱਲਾਂ ਕਰਦੀ ਆ ਅਖਬਾਰਾਂ ਵਿੱਚ ਤਾਂ ਬਿਆਨ ਵੱਡੇ-ਵੱਡੇ ਦਾਗਤ ਹੁੰਦੇ ਨੇ ਪਰ ਉਹਨੂੰ ਲੀਗਲ ਤੌਰ ਤੇ ਜਿਹੜਾ ਲਾਗੂ ਨਹੀਂ ਕਰਦੇ ਹੈਗੇ ਕਿਸਾਨਾਂ ਦਾ ਹਰੇਕ ਪਾਸੇ ਲੁੱਟ ਹੋ ਰਹੀ ਆ ਬਹੁਤ ਜਿਆਦਾ ਬੁਰਾ ਹਾਲ ਆ ਸਾਨੂੰ ਵੀ ਪਤਾ ਸਾਡਾ ਪਾਣੀ ਜਿਹੜਾ ਆਉਣ ਵਾਲੀ ਪੀੜ੍ਹੀ ਨੂੰ ਪੀਣ ਨੂੰ ਵੀ ਨਹੀਂ ਰਹਿਣਾ ਸਾਡੀ ਮਜਬੂਰੀ ਆ ਕਣਕ ਤੇ ਜੀਰੀ ਜੇ ਅਸੀਂ ਨਾ ਲਾਵਾਂਗੇ ਤਾਂ ਭੁੱਖੇ ਮਰਾਂਗੇ ਅਸੀਂ ਸੋਚਦੇ ਆਉਣ ਵਾਲੀ ਪੀੜ੍ਹੀ ਭੁੱਖੀ ਮਰੂਗੀ ਤੇ ਅਸੀਂ ਅੱਜ ਭੁੱਖੇ ਮਰਦੇ ਆ ਅਸੀਂ ਤਾਂ ਕਰਕੇ ਮਜਬੂਰੀ ਚ ਕਣਕ ਜੀਰੀ ਲਾਉਨੇ ਆ ਕਿੰਨੀਆਂ ਬਾਈ ਜੀ ਸਾਢੇ ਤਿੰਨ ਸਾਢੇ ਤਿੰਨ ਕਿੱਲਿਆ ਕੀ ਬਚਾ ਤੂੰ ਬਚਾ ਕੀ ਆ ਸਾਢੇ ਤਿੰਨ ਕਿੱਲਿਆਂ ਚ ਆ ਮੰਨ ਲਓ ਵੀ ਮੈਂ 70 75000 ਦੇ ਵੇਚ ਦਿੱਤੇ ਹੋ ਕਿੰਨਾ ਖਰਚਾ ਹੋ ਗਿਆ ਖਰਚਾ ਹੋ ਗਿਆ ਹੋਊਗਾ ਲਗਭਗ 5 ਲੱਖ ਦੇ ਲਵੇ 5 ਲੱਖ ਹੋ ਗਿਆ ਬਚੂਗਾ ਕੀ ਇਚ ਬਚਣਾ ਦਾ ਕੀ ਆ ਬਾਈ ਜੀ ਤੁਸੀਂ ਆਪ ਹੀ ਹਿਸਾਬ ਲਾ ਲਓ ਕਿੰਨੇ ਪੈਗੇ ਪੱਲੇ ਪੱਲੇ ਤਾਂ ਮੇਰੇ ਸਭ ਨਾਲ ਲਗ 4 ਲੱਖ ਦੇ ਲਗਭਗ 1.4 ਲੱਖ ਸਾਡੇ ਸਿਰ ਹੋ ਗਿਆ ਹੈ ਸਿਰ ਹੋ ਗਿਆ ਜੇ ਜਿਹੜਾ ਕਣਕ ਦਾ ਘਾਟਾ ਤੂੜੀ ਦਾ ਘਾਟਾ ਉਹ ਬੱਖਾ ਉਹ ਆਡਾ ਹਾਂ ਕੀ ਕਾਰਨ ਰਹਿ ਕੀ ਕਾਰਨ ਮੰਨਦੇ ਹੋ ਵੀ ਐਕ ਕਿ ਜਿਹੜੀ 1 ਰੁਪਈਆ ਕਿਲੋ ਜਿਵੇਂ ਬਾਈ ਹੋ ਰਣੀ ਕਿ 1 ਰੁਪਈਆ ਕਿਲੋ ਨੂੰ ਦੇਖੋ ਕਾਰਨ ਇਹ ਹੈਗਾ ਪਹਿਲਾਂ ਵਿਕੀ ਪਰ ਹੁਣ ਜਦੋਂ ਕਿਸਾਨਾਂ ਨੂੰ ਘਾਟਾ ਪੂਰਾ ਨਹੀਂ ਹੋ ਰਿਹਾ ਸੀ ਮਤਲਬ ਕਿ ਬਚਤ ਨਹੀਂ ਹੋ ਰਹੀ ਸੀ ਤਾਂ ਉਹ ਤੋੜਨੋਂ हट ਗਏ ਇਹ ਨਹੀਂ ਹੈ ਕਿ ਅੱਗੇ ਨਹੀਂ ਵਿਕ ਰਹੀ ਸੀ ਅੱਗੇ ਤਾਂ ਵਿਕ ਰਹੀ ਸੀ ਹੁਣ ਜਦੋਂ ਕੋਈ ਵੀ ਵਪਾਰੀ ਹੈ ਰੁਪਈਆ ਕਿਲੋ ਪੌਣਾ ਰੁਪਈਆ ਕਿਲੋ ਚੱਕ ਰਿਹਾ ਹੈ ਕਿਤੇ ਤਾਂ ਵੇਚ ਹੀ ਰਿਹਾ ਹੈ ਨਾ ਉਹਦੀ ਬਿਕ ਰਹੀ ਹੈ ਕਿਤੇ ਉਹ ਤਾਂ ਮਲਕੇ ਰੇਟ ਘਟ ਸੀ ਇਹ ਨਹੀਂ ਸੀ ਵੀ ਵਿਕ ਨਹੀਂ ਰਹੀ ਹੂੰ ਵਿਕਦੀ ਸੀ ਜਾਂ ਤਾਂ ਫਿਰ ਇਹ ਸਰਕਾਰਾਂ ਦੀ ਨਕਾਮੀ ਆ ਜਾਂ ਕਿ ਉਹਨਾਂ ਨੇ ਪ੍ਰਬੰਧ ਨਹੀਂ ਕਰਿਆ ਧਿਆਨ ਨਹੀਂ ਦਿੱਤਾ ਸਾਡੇ ਪਿੰਡ ਦੇ ਵਿੱਚ 20 ਸਾਲਾਂ ਤੋਂ ਪਲੱਸ ਟਾਈਮ ਹੋ ਗਿਆ ਇਹਨੂੰ ਇੱਥੇ ਲੱਗਦੀ ਨੂੰ ਮਿਰਚ ਸ਼ਿਮਲਾ ਮਿਰਚ ਨੂੰ ਲੱਗਦੀ ਨੂੰ ਉਹਦੇ ਕਾਰਨ ਅਸੀਂ ਵੱਡੀ ਪੱਧਰ ਤੇ ਇਹ ਲਾਉਣ ਲੱਗੇ ਪਹਿਲਾਂ ਇੱਕ ਇੱਕ ਕਿੱਲਾ ਲਾਇਆ ਫਿਰ ਉਹ ਤੋਂ ਵਧਾਈ ਸਰਕਾਰ ਦੀ ਨਕਾਮੀ ਦੇਖੋ ਐਨੇ ਟਾਈਮ ਦੇ ਵਿੱਚ ਨਾ ਇਹਦਾ ਕੋਈ ਮੰਡੀ ਕਰਨ ਨਾ ਇਹ ਤਾਂ ਕੋਈ ਐਮਐਸਪੀ ਨਾ ਹੀ ਸਾਨੂੰ ਕੋਈ ਖੇਤੀ ਬਾੜੀ ਵਿਭਾਗ ਬਣੀਓ ਕੋਈ ਤੇ ਜਿਵੇਂ ਕਿ ਠੰਡ ਦੀ ਫਸਲ ਹੈ ਇਹ ਕਹ ਲਈ ਆਪਾਂ ਲਫਾਫਾ ਮਿਲਦਾ ਹੈ ਤਾਂ ਆਉਂਦਾਗਾ ਅਸੀਂ ਲਗਭਗ 10000 ਦੇ ਇੱਕ ਏਕੜ ਤੇ ਪਾਉਨੇ ਆ ਤੇ ਰਿੰਗ ਲੱਗਦੇ ਨੇ ਤਾਰਾਂ ਉਹ 7-8000 ਦੀ ਉਹ ਪੈ ਜਾਂਦੀ ਹੈ ਇੱਕ ਏਕੜ ਦੇ ਵਿੱਚ ਕੋਈ ਸਾਨੂੰ ਉਤੇ ਮਤਲਬ ਕਿ ਸਬਸਿਡੀ ਨਹੀਂ ਆਈ ਕਿਸੇ ਨੇ ਇਸ ਵੱਲ ਤਾਂ ਧਿਆਨ ਹੀ ਨਹੀਂ ਦਿੱਤਾ ਦੇਖੋ ਸਰਕਾਰਾਂ ਲੰਮੇ ਸਮੇਂ ਤੋਂ ਆਪ ਹੀ ਕਹਿੰਦੀਆਂ ਰਹੀਆਂ ਨੇ ਕਿ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਨਾਂ ਨੂੰ ਛੱਡੋ ਸਬਜ਼ੀਆਂ ਦੀ ਕਾਸਤ ਵੱਲ ਆਓ ਸਾਡਾ ਪਿੰਡ ਲਗਭਗ 20 ਸਾਲ ਪਹਿਲਾਂ ਹੀ ਉਹਨਾਂ ਦੀ ਗੱਲ ਮੰਨ ਚੁੱਕਿਆ ਸੀ ਜਾਂ ਆਪਦੇ ਆਪ ਹੀ ਇੱਧਰ ਆ ਗਿਆ ਸੀ ਕਿਉਂਕਿ ਵੱਡੀ ਖੇਤੀ ਹੁੰਦੀ ਸੀ ਸ਼ਿਮਲਾ ਮਿਰਚ ਲਾ ਲੋ ਮਟਰ ਲਾ ਲੋ ਟਮਾਟਰ ਜਾਂ ਹੁਣ ਖਰਬੂਜਾ ਵੀ ਕਾਫੀ ਲੱਗਾ ਹੈ ਵੀ ਉਸ ਗੱਲ ਬੰਨੀ ਦਾ ਧਿਆਨ ਹੀ ਨਹੀਂ ਦਿੱਤਾ ਸਾਡੇ ਤਾਂ ਸੂਗਾ ਉਨੂੰ ਹੀ हट ਗਏ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਤਾਂ ਰਬੈਤੀ ਫਸਲਾਂ ਚੋਂ ਬਾਹਰ ਨਿਕਲ ਚੁੱਕੇ ਨੇ ਚਲੋ ਇਹਨਾਂ ਇਹਨਾਂ ਦਾ ਤਾਂ ਛੱਡੋ ਹੋਰ ਸ਼ਾਇਦ ਬਾਕੀ ਪਿੰਡਾਂ ਦੇ ਵਿੱਚ ਲੱਗੇ ਸੀ ਚਾਹੀਦਾ ਸੀ ਉਹਨਾਂ ਨੂੰ ਕਿ ਸਾਨੂੰ ਜਿੱਥੇ ਅਸੀਂ ਉਹਨਾਂ ਲਈ ਇੱਕ ਮਤਲਬ ਕਿ ਮਿਸਾਲ ਬਣੀ ਸੀ ਕਿ ਸਾਡਾ ਪਿੰਡ ਸ਼ਿਮਰਾ ਮਿਰਚ ਦੀ ਖੇਤੀ ਜਾਂ ਹੋਰ ਖੇਤੀਆਂ ਵੱਲ ਆਇਆ ਸੀ ਸਬਜ਼ੀਆਂ ਵੱਲ ਆਇਆ ਸੀ ਵੀ ਸਾਡਾ ਸਾਥ ਦਿੰਦੇ ਅਸੀਂ ਕੋਈ ਬਾਲੀ ਵੱਡੀ ਇਹਦੇ ਵਿੱਚੋਂ ਲੁੱਟ ਨਹੀਂ ਕਰਦੇ ਸੀ ਆਪਦੀ ਜੇ ਮਿਹਨਤ ਸਾਡੀ ਅਸੀਂ ਲਾਗੇ ਨਾ ਉਹ ਤਾਂ ਅਸੀਂ ਕਹਿ ਦਿੰਨੇ ਆ ਕਿ ਕਿੱਲੇ ਤੋਂ ਜੇ ਕਣਕ ਮੁਤਾਬਕ 50000 ਦੀ 60000 ਦੀ ਕਣਕ ਹੋ ਜਾਂਦੀ ਐ ਤਾਂ ਇਹ ਲੱਖ ਦੀ ਵੇਚ ਲੈਂਦੇ ਸੀਗੇ ਲੱਖ ਦੀ ਵੀ ਤਾਂ ਹੁੰਦੀ ਸੀ 40000 ਮੰਨ ਲਿਆ ਵੀ ਅਸੀਂ ਵੱਧ ਕਮਾਉਂਦੇ ਸੀ ਦੂਜਿਆਂ ਨਾਲ ਉਹ 40000 ਉਦੋਂ ਕਮਾਉਂਦੇ ਸੀ ਬਾਈ ਜੀ ਜਦੋਂ ਵੱਡੇ ਵੱਡੇ ਲੀਡਰ ਨੇਤਾ ਜਾਂ ਸਰਕਾਰਾਂ ਕਹਿ ਲੈ ਉਹ ਬੰਦੇ ਨਾ ਉਸ ਟਾਈਮ ਹੀਟਰ ਛੱਡੀ ਆਪਦੇ ਕਮਰੇ 'ਚ ਪਏ ਹੁੰਦੇ ਸੀ ਜਦੋਂ ਅਸੀਂ ਲਫਾਫਾ ਚੁੱਕ ਕੇ ਆਪਦੇ ਬਾਹਣ 'ਚ ਖੜੇ ਹੁੰਦੇ ਸੀ ਵੀਰਾ ਕਾਗਜ ਝਾੜਨਾ ਹੈ ਠੰਡ ਜਿਆਦਾ ਪੈਗੀ ਜਦ ਬਾਰਿਸ਼ ਹੋਗੀ ਵੀ ਉਹਨੂੰ ਝਾੜੋ ਮਤਲਬ ਕਿ ਆਪਣੀ ਫਸਲ ਨੂੰ ਨੁਕਸਾਨ ਨਾ ਹੋਵੇ ਉਹਨਾਂ ਵੇਲਾਂ ਦੇ ਵਿੱਚ ਅਸੀਂ ਮਤਲਬ ਕਿ ਆ ਦੀ ਦਿਨ ਰਾਤ ਮਿਹਨਤ ਕਰਕੇ ਰੇਹਾਂ ਕੱਲੀ ਕੱਲੀ ਬੱਟਰ 'ਚ ਸਿੱਟ ਕੇ ਸਪਰੇਹਾਂ ਕਰਕੇ ਤੇ ਆ ਮੂਰੇ ਗਰਮੀ ਆ ਗਈ ਗਰਮੀ ਦੇ ਵਿੱਚ ਲਫਾਫੇ ਚੱਕਣੇ ਸਾਨੂੰ ਹੀ ਪਤਾ ਵੀ ਕਿਵੇਂ ਸਰਾ ਹੁੰਦਾ ਤੇ ਫਿਰ ਹੁਣ ਇਹਦਾ ਇਹ ਕਿਵੇਂ ਪੂਰੀ ਪੂਰਤੀ ਕਿਵੇਂ ਹੋ ਬਈਏ ਜਿਹੜੇ ਹੁਣ ਘਟ ਐਤਕੀ ਜਿਵੇਂ 5 5 ਕਿਲੋ ਤੁਹਾਡੀ ਆ 5 ਕਿਲੋ ਬਾਈ ਹੋ ਰਹੇ ਨੇ 5 5 4 4 ਕਿਲਿਆਂ ਨੇ ਕਿਸਾਨ ਖੜੇ ਕਿਵੇਂ ਪੂਰਤੀ ਕਿਵੇਂ ਹੋ ਦੇਖੋ ਜਿਹੜਾ ਇਹ ਘਾਟਾ ਪੈ ਇਹਦੀ ਪੂਰਤੀ ਨਹੀਂ ਹੁੰਦੀ ਹੁੰਦੀ ਕਿਉਂ ਨਹੀਂ ਕਿਉਂਕਿ ਇਹ ਤਾਂ ਹੈ ਨਹੀਂ ਵੀ ਅਸੀਂ ਗਾਹਾਂ ਜਿਹੜੀ ਫਸਲ ਬੀਜਾਂਗੇ ਉਹ ਇੱਕ ਵੱਲੀ ਕੱਢੂ ਦੋ ਤਾਂ ਕੱਢਣ ਨਹੀਂ ਲੱਗੇ ਵੀ ਚਲੋ ਇਹਨਾਂ ਨੂੰ ਘਾਟਾ ਪੈ ਗਿਆ ਵੀ ਦੋ ਵੱਲੀਆਂ ਮੈਂ ਕੱਢ ਲੈਣੀ ਇਹਦੀ ਪੂਰਤੀ ਨਹੀਂ ਹੁੰਦੀ ਚਲੋ ਇਹ ਹੈ ਕਿ ਜੇ ਚੰਗੀਆਂ ਫਸਲਾਂ ਹੋ ਗਈਆਂ ਤਾਂ ਹੋ ਸਕਦਾ ਆਉਣ ਵਾਲੇ 5-4 ਸਾਲਾਂ ਚ 5-4 ਸਾਲਾਂ ਚ ਐ ਨਹੀਂ ਵੀ ਇੱਕੇ ਫਸਲ ਚ 4-5 ਸਾਲਾਂ ਚ ਹੋ ਸਕਦਾ ਵੀ ਚਲੋ ਕਿਸਾਨ ਆਪਦੇ ਪੈਰਾਂ ਸਰ ਖੜਾ ਹੋ ਜੇ ਪਰ ਮੈਂ ਮੈਨੂੰ ਇੱਥੇ ਇੱਕ ਐਂ ਲੱਗਦਾ ਵੀ ਜਿਹੜੇ ਚਲੋ ਛੋਟੇ ਕਿਸਾਨ ਸੀ ਕਹਿ ਲਓ ਇਕੜ ਦੋ ਇਕੜ ਵਾਲੇ ਉਹਦੇ ਸਿਰ ਜਦੋਂ ਇੰਨਾ ਕਰਜ਼ਾ ਹੋ ਗਿਆ ਸਿਰ ਤਾਂ ਉਹਨੂੰ ਜਿਉਣ ਲਈ ਮਜਬੂਰ ਕਿਵੇਂ ਜਾਊਗਾ ਕਿਉਂ ਕਿਵੇਂ ਜਾਊਗਾ ਇੱਥੇ ਇੱਕ ਤਰ੍ਹਾਂ ਡਰ ਲੱਗਦਾ ਵੀ ਯਾਰ ਬੰਦੇ ਖੁਦਕੁਸ਼ੀਆਂ ਵੱਲ ਇੱਕ ਸਾਡਾ ਇਹ ਦੌਰ ਇੱਥੋਂ ਹੀ ਪਹਿਲਾਂ ਚੱਲਦਾ ਆ ਰਿਹਾ ਹੈ ਰਬੀਤੀ ਫਸਲਾਂ ਨੂੰ ਲੈ ਕੇ ਵੀ ਜਿਹੜਾ ਆਉਂਦਾ ਸੀਗਾ ਐਡਾ ਘਾਟਾ ਕੋਈ ਕਿਵੇਂ ਜਰੂਗਾ ਤੇ ਖਰਚੇ ਤਾਂ ਪਹਿਲਾਂ ਹੀ ਖੜੇ ਹੁੰਦੇ ਨੇ ਖਰਚੇ ਪਹਿਲਾਂ ਹੀ ਖੜੇ ਹੁੰਦੇ ਨੇ ਉਹਦਾ ਪਹਿਲਾਂ ਤੋਂ ਹੀ ਸਿਰ ਟੁੱਟ ਜਾ ਰਹੇ ਨੇ ਤੇ ਜੇ ਆਹ ਜਿਹੜਾ ਐਡਾ ਘਾਟਾ ਪੈ ਗਿਆ ਇਹ ਤਾਂ ਬਹੁਤ ਵੱਡੀ ਗੱਲ ਹੈ ਇਹ ਤਾਂ ਕਿਸੇ ਪਾਸੇ ਪੂਰੇ ਨਹੀਂ ਹੁੰਦੇ ਕਿਸੇ ਵੱਤ ਲਗਾਤਾਰ 5ਵੀਂ ਫਸਲ ਮਰੀਆ ਬਾਈ ਜੀ ਲਗਾਤਾਰ 5ਵੀਂ ਫਸਲ ਮਰੀਆ ਤਿੰਨ ਚਾਰ ਸਾਲ ਹੋ ਗਏ ਨਰਮਾ ਮਰਦੇ ਨੂੰ ਹੂੰ 2 ਸਾਲ ਵੀ ਦੀ ਕਣਕ ਡਾਊਨ ਰਹਿ ਗਈ ਐ ਕਿ ਥੋੜਾ ਜਿਹਾ ਕਣਕ ਦਾ ਝਾੜ ਠੀਕ ਰਿਹਾਗਾ ਪਰ ਨੁਕਸਾਨ ਲਗਾਤਾਰ 5 ਸਾਲਾਂ ਤੋਂ ਹੋ ਰਿਹਾਗਾ ਸਰਕਾਰਾਂ ਜਿਵੇਂ ਨਹੀਂ ਧਿਆਨ ਦਿੰਦੀਆਂ ਜਿਵੇਂ ਆਈਸੀ ਪੁਹਣਤਵਾਨ ਦੀ ਸਰਕਾਰ ਕਹਿੰਦੀ ਨਵਾਂ ਅਸੀਂ ਬਦਲ ਲੈ ਕੇ ਨਾ ਹਰ ਤਾਂ ਕੋਈ ਨਹਿਰੀ ਪਾਣੀ ਬਾਰੇ ਚਾਕੇ ਨੇ ਜਿਵੇਂ ਹੁਣ ਨਾਲ ਗਵਾਂਢੀ ਸੂਬੇ ਮੈਂ ਕੱਲ ਹੀ ਇਹਦੀ ਖਬਰ ਪੜ੍ਹੀ ਆ ਹਰਿਆਣਾ 80% ਪਾਣੀ ਵਰਤਦਾ ਰਾਜਸਥਾਨ 120% ਪਾਣੀ ਵਰਤਦਾ ਉਪਦੇਸ਼ੀ ਦਾ ਨਹਿਰੀ ਪਾਣੀ ਪੰਜਾਬ ਸਿਰਫ 20% ਪਾਣੀ ਵਰਤ ਰਿਹਾ ਹੈਗਾ ਪੰਜਾਬ ਵਾਸਤੇ ਬਹੁਤ ਇਹ ਵੱਡੀ ਗੱਲ ਹੈਗੀ ਆਉਣ ਨਾਲ ਟਾਈਮ ਦੇ ਵਿੱਚ ਸੋਚਣਾ ਪਊ ਜੇ ਨਹਿਰੀ ਪਾਣੀ ਜੇ ਕਿਸਾਨੀ ਬਾਰੇ ਸੋਚਣਾ ਹਾਂਜੀ ਕਿੰਨੀਆਂ ਬਾਜੀ ਤੁਹਾਡੀ 4 ਕਿੱਲੇ ਕੀ ਕੀ ਬਚਤ ਵਿੱਚ ਕੁਝ ਕੁਝ ਨਹੀਂ ਬਚਤ ਵੀ ਘਟਾ ਇਹਨੂੰ ਦੱਸ ਤਬਈਆਂ ਸਾਰਾ ਘਟਾਇਆ ਕਿੰਨਾ ਕਿੰਨਾ ਖਰਚਾ ਆ ਗਿਆ ਖਰਚਾ ਦੇ ਕਿੰਨਾ ਨੂੰ ਲੱਖ ਲੱਖ ਰੁਪਈਆ ਖਰਚਾ ਕਰੀ ਬੈਠੇਗੇ ਹਾਂ 30 20 25000 ਦੇ ਕਿਲੀ ਤੋੜੀ ਹੈਗੀ ਬਸ ਘੱਟ ਘੱਟ ਹੀ ਬਸ ਕੁਝ ਇਸ ਤੋਂ ਬਾਅਦ ਹੈਗੀ ਆਸ ਉਮੀਦ ਕੇ ਬਸ ਖਾਤ ਨਹੀਂ ਬਸ ਕੀ ਆਸ ਕਰ ਰੋਈ ਹੁਣ ਕੀ ਹੋਊਗੀ ਹੱਥ ਲੰਘ ਜਾਉਗੇ ਬੂਸ ਲਈ ਕੀ ਬਚੂਗਾ ਤੂੰ ਸਾਰਾ ਖਰਚਾ ਹੈਗਾ ਤਾਂ ਹੀ ਇਹੀ ਕਾਰਨ ਮੈਂ ਹੁਣ ਬਾਹਰ ਰਹੇ ਹਾਂ ਕਣਕ ਵੀ ਗਈ ਤੇ ਮਿਰਚ ਵੀ ਗਈ ਮੈਂ ਤੇ ਰਿਟ ਨਹੀਂ ਮਿਸਦਾ ਖਰਚਾ ਕਰਨ ਦਾ ਸੁਖਰੀ ਤਾਂ ਪਾ ਜਿੰਨਾ ਖਰਚਾ ਕਰਨ ਸਾਰਾ ਕਰੀ ਭੁੱਖਾ ਕਰਤਾ ਪੰਜ ਪੰਜ ਕਿੱਲਾਂ ਦੇ ਵਿੱਚ ਤੇ ਉਹੀ ਆ ਫਿਰ ਇਹ ਤਾਂ ਪੂਰਾ ਨਹੀਂ ਹੋਣਾ ਹੁਣ ਘੱਟ ਇਹ ਤਾਂ ਘੱਟ ਪੂਰਾ ਕਦੀ ਹੁੰਦਾ ਜੀ ਜਿਹੜਾ ਇੱਕ ਵਾਰੀ ਆਪਣਾ ਘਟਾ ਗਿਆ ਤਾਂ ਬੜਾ ਕਟਾ ਲੀਹ ਫਸਲ ਕਰ ਨਹੀਂ ਕਰਦੀ ਅਗਲੀ ਫਸਲ ਅਗਲੀ ਆਪਦਾ ਆਪਦਾ ਹੀ ਖਰਚਾ ਖਾ ਕੇ ਪੂਰਾ ਕਰਨਾ ਜੀ ਹੂੰ ਜੇ ਆਪਾਂ ਅਗਲੀ ਖਰਚਾ ਕਰਾਂਗੇ ਤਾਂ ਅਗਲੀ ਫਸਲ ਹੋਊ ਆਪਣੀ ਇਹ ਇਹ ਹਾਲਾਤ ਪਹਿਲੀ ਵਾਰੀ ਬਣਿਆ ਵੈਸੇ ਮਿਰਚ ਦੇ ਬਸ ਜਿਸ 2020 ਵਿੱਚ ਲੋਕਡਾਊਨ ਆਇਆ ਸੀ ਹਾਂ ਜੀ ਉਦੋਂ ਵੀ ਮਾੜਾ ਮਾੜਾ ਚੰਗਾ ਮਾੜਾ ਘਰ ਪੂਰਾ ਕਰ ਗਈ ਸਮਝਾ ਜਿਹੜਾ ਇਤਕੀ ਕਰਾਇਆ ਸੀ ਬੜਾ ਹਾਲੀ ਇਹ ਲੋਕਾਂ ਦਾ ਜੀ ਬੜਨ ਲਾ ਸਾਰਿਆਂ ਦਾ ਜਿੰਨੇ ਸਾਲ ਮਚਲਾਈ ਹੈ ਜੀ ਇਤਕੀ ਜਿੰਨਾਂ ਨੇ ਹਾਂ ਜੀ ਜਿੰਨੇ ਨੇ ਮਿਰਚ ਲਈ ਸਰ ਹਾਂ ਜੀ ਹਾਂ ਜੀ ਥੋੜੇ ਪਿੰਡ ਦੇ ਵਿੱਚ ਪੂਰੀ ਸਾਡੇ ਕੀ 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 ਮੰਨਦੇ ਹੋ ਵੀ ਕੀ ਕੀ ਕਰਨਾ ਚਾਹੀਦਾ ਸਰਕਾਰ ਨੂੰ ਕੀ ਕੀ ਕਿਸ ਤਰ੍ਹਾਂ ਦੇ ਨਾਲ ਜੇ ਬਦਲਮੀ ਖੇਤੀ ਦਾ ਸਾਨੂੰ ਮਤਲਬ ਕਿਹਾ ਜੀ ਸਰਕਾਰ ਨੇ ਹਾਂ ਮਤਲਬ ਵੀ ਬਦਲੀਆਂ ਫਸਲਾਂ ਲਾਓ ਹਾਂ ਝੋਨੇ ਚ ਬਾਹਰ ਨੂੰ ਅਸੀਂ ਪਿਛਲੀ ਵਾਰੀ ਖੀਰਾ ਲਾਇਆ ਸੀ ਆ ਹਾਂ ਉਹ ਵੀ ਮਰ ਗਿਆ ਪਾਣੀ ਨਾਲ ਮੀਂਹ ਪੈ ਗਿਆ ਉਹ ਵੀ ਗਿਆ ਉਹ ਵੀ ਗਿਆ ਹਾਂ ਤੇ ਝੋਨਾ ਵੀ ਗਿਆ ਝੋਨਾ ਇਹ ਪੱਕੀ ਫਸਲ ਵੀ ਹੋ ਜਾਂਦੀ ਆ ਜੀ ਅੱਜ ਕੱਲ ਲਈ ਲਾਈਏ ਹੁਣ ਕਣਕ ਵੀ ਕੀ ਲੈ ਲਵਾਂ ਹਾਂ ਤੇ ਮੇਚ ਵੀ ਗਈ ਕੱਟ ਹੀ ਆਏ ਪਰ ਗਵਰਨਮੈਂਟ ਨੂੰ ਤਾਂ ਧਿਆਨ ਨਹੀਂ ਚਾਹੀਦਾ ਜੇ ਵੀ ਜਿਹੜਾ ਮਤਲਬ ਹੈ ਜੀਮੀਦਾਰ ਫਸਲ ਲਾਉਂਦਾ ਹੈਗਾ ਇਸ ਤਰ੍ਹਾਂ ਦੀ ਸ਼ਿਮਲਾ ਮਿਰਚ ਲਾ ਲਿਆ ਜੋ ਹੋਰ ਵੀ ਮਤਲਬ ਖੀਰਾ ਖਰਬੂਜਾ ਕੋਈ ਸੁ ਵੀ ਲਾਉਂਦਾ ਜੇ ਉਹਦਾ ਨੁਕਸਾਨ ਹੁੰਦਾ ਤਾਂ ਉਹਨੂੰ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਜੀ ਅਸਲੀ ਗੱਲ ਵੀ ਇਹ ਮੁਆਵਜ਼ਾ ਮਿਲਦਾ ਨਹੀਂ ਸੋ ਇੱਕ ਵਾਰੀ ਫਸਲ ਤੇ ਝਾਤ ਜਿਹੜੀ ਆ ਤੁਹਾਨੂੰ ਜ਼ਰੂਰ ਮਰਵਾ ਦਿੰਨੇ ਆ ਕਿ ਫਸਲ ਤੇ ਪੱਕੀ ਫਸਲ ਵਾਉਣ ਦੇ ਲਈ ਕਿਸਾਨ ਜਿਹੜੇ ਹੈਗੇ ਨੇ ਉਹ ਮਜਬੂਰ ਹੋਏ ਹੋਏ ਨੇ ਆ ਫਸਲ ਦੇਖ ਲਓ ਸ਼ਿਮਲਾ ਮਿਰਚ ਜਿਹੜੀ ਆ ਉਹ ਲਾਲ ਹੋਈ ਖੜੀ ਆ ਹੁਣ ਇਹ ਤੜਾਈ ਤੇ ਆ ਭਾਵਕ ਕਿਸਾਨਾਂ ਦੀ ਝੋਲੀ ਦੇ ਵਿੱਚ ਹੁਣ ਚਾਰ ਪੈਸੇ ਪਾਉਣ ਤੇ ਇਹ ਫਸਲ ਜਿਹੜੀ ਹੋ ਹਾਲਾਤ ਇਹ ਬਣੇ ਨੇ ਕਿ ਕਿਸਾਨ ਆਪ ਦੇ ਹੱਥੀਂ ਲਈ ਫਸਲ ਆਪ ਹੀ ਵਾਉਣ ਦੇ ਲਈ ਮਜਬੂਰ ਹੋਏ ਪਏ ਨੇ ਕਿ ਇੱਕ ਕਿੱਲੇ ਤੇ ਖਰਚਾ ਤਕਰੀਬਨ ਕਹਿੰਦੇ ਨੇ ਕਿ 1 ਲੱਖ ਰੁਪਏ ਉਸ ਤੋਂ ਵੀ ਵਧੇਰੇ ਖਰਚਾ ਆਉਂਦਾ ਪਰ ਹਾਲੇ ਤੱਕ ਕਿਸੇ ਨੂੰ 20000 ਜਿਹੜਾ ਬਚਿਆ ਕਿਸੇ ਨੂੰ 30 ਬਚਿਆ ਕਿਸੇ ਨੂੰ 40 ਜੇ ਕਿਸੇ ਦੀ ਚੰਗੀ ਹੋ ਗਈ ਤਾਂ ਉਹਨੂੰ 60000 ਤੱਕ ਜਿਹੜਾ ਹੈਗਾ ਉਹ ਬਚਤਾ ਪਰ ਹਾਲੇ ਵੀ ਕਿਸਾਨ ਜਿਹੜੇ ਉਹ 1.5 ਲੱਖ ਥੱਲੇ ਘਾਟੇ ਦੇ ਜਿਹੜੇ ਹੈਗੇ ਨੇ ਹੇਟ ਨੇ ਤਾਂ ਇਸ ਪਿੰਡ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਂਝੀਆਂ ਹੋ ਰਹੀਆਂ ਸੀ ਕਿ ਕਿਸਾਨ ਆਪਣੀ ਫਸਲ ਆਪ ਬੋਂਦੇ ਨੇ ਤਾਂ ਆ ਕੇ ਜਦੋਂ ਸਚਾਈ ਜਾਣੀ ਤਾਂ ਪਤਾ ਲੱਗਿਆ ਕਿ ਭਾਈ ਬਚਤ ਕੁਛ ਨਹੀਂ ਆ ਫਸਲ ਜਿਹੜੀ ਹੈਗੀ ਉਹ ਬੋਂਣ ਦੇ ਲਈ ਅਖੀਰ ਨੂੰ ਮਜਬੂਰ ਕਿਸਾਨ ਨੂੰ ਜਿਹੜਾ ਉਹ ਹੋਣਾ ਪਿਆ ਜੁੜੇ ਰਹੋ ਆਰਐਮਬੀ ਟੈਲੀਵਿਜ਼ਨ ਦੇ ਨਾਲ ਆਪਣੇ ਦੋਸਤ ਜਸਤ ਕਰੇ ਬੋਂਦੇ ਹੋ ਇਜਾਜ਼ਤ ਧੰਨਵਾਦ ਜੀ